ਇੱਕੋ ਇੱਕ ਕੱਚਾ ਕੋਠਾ ਹੀ ਤੇ ਉਹ ਵੀ ਢਾਈ ਢੇਰੀ ਹੋ ਚੁੱਕਾ ਹੈ ਥੱਲੇ ਪਰਿਵਾਰ ਕਹਿ ਰਿਹਾ ਵੀ ਇੱਕ ਦੋ ਵੀਰਾਂ ਤੇ ਸੱਟ ਵੀ ਲੱਗ ਗਈ ਪਰਿਵਾਰ ਦੇ ਹਾਲਾਤ ਇੰਨੇ ਨਾਜ਼ੁਕ ਨੇ ਕਿ ਤੁਸੀਂ ਵੀ ਇੱਕ ਵਾਰੀ ਦੇਖੋਗੇ ਤੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਦੋਸਤੋ ਤੁਸੀਂ ਅਖੰਡ ਬਾਣੀ ਚੈਨਲ ਦੇ ਨਾਲ ਜੁੜੇ ਹੋ ਤੇ ਮੈਂ ਇਸ ਵੇਲੇ ਵਰਨਾਲੇ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਸਭ ਨੂੰ ਕਿ ਅੱਧਾ ਪੰਜਾਬ ਡੁੱਬ ਰਿਹਾ ਹੜਾਂ ਦੀ ਵਾਰ ਦੇ ਵਿੱਚ ਦੂਰ ਦਰਾਡੇ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸਾਡੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਤੇ ਇੱਕ ਪਰਿਵਾਰ ਦੇ ਹਾਲਾਤ ਤੁਹਾਨੂੰ ਇਸ ਹੜਾਂ ਦੇ ਸਮੇਂ ਦੇ ਵਿੱਚ ਦਿਖਾਵਾਂਗੇ ਇੱਕੋ ਇੱਕ ਕੱਚਾ ਕੋਠਾ ਹੀ ਤੇ ਉਹ ਵੀ ਢਾਈ ਢੇਰੀ ਹੋ ਚੁੱਕਾ ਹੈ ਥੱਲੇ ਪਰਿਵਾਰ ਕਹਿ ਰਿਹਾ ਵੀ ਇੱਕ ਦੋ ਵੀਰਾਂ ਤੇ ਸੱਟ ਵੀ ਲੱਗ ਗਈ ਪਰਿਵਾਰ ਦੇ ਹਾਲਾਤ ਇੰਨੇ ਨਾਜ਼ੁਕ ਨੇ ਕਿ ਤੁਸੀਂ ਵੀ ਇੱਕ ਵਾਰੀ ਦੇਖੋਗੇ ਤੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਆਜੂ ਤੇ ਹਾਲਾਤ ਦਿਖਾਉਨੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਹ ਇੱਕ ਕਮਰਾ ਹੈ ਵੀਰ ਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਕਮਰਾ ਇੱਕੋ ਹੀ ਹੈ ਵੀਰ ਦਾ ਇਧਰ ਕਮਰੇ ਵਾਲੇ ਪਾਸੇ ਦਿਖਾ ਦਿਓ ਕਿ ਇਹ ਵੀ ਕੱਚਾ ਕੋਠਾ ਸੀ ਤੇ ਇਹ ਵੀ ਟਾਇਟੇਰੀ ਹੋ ਚੁੱਕਾ ਹੈ ਤੇ ਸਰਕਾਰਾਂ ਵੱਲੋਂ ਹਮੇਸ਼ਾ ਦਾਅਵੇ ਕੀਤੇ ਗਏ ਨੇ ਕਿ ਅਸੀਂ ਹਰ ਇੱਕ ਨੂੰ ਪੱਕੇ ਮਕਾਨ ਦੀ ਸਹੂਤਾ ਦੇਵਾਂਗੇ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਤਹਿਤ ਪਰ ਕੀ ਹੁੰਦਾ ਹੈ ਕਿ ਸਰਕਾਰਾਂ ਦੇ ਦਾਅਵੇ ਜਿਹੜੇ ਆ ਉਹ ਦਾਅਵੇ ਹੀ ਰਹਿ ਜਾਂਦੇ ਆ ਪਰ ਇਹਨਾਂ ਲੋਕਾਂ ਤੱਕ ਕੁਝ ਵੀ ਨਹੀਂ ਪਹੁੰਚਦਾ ਪਰਿਵਾਰ ਸਾਡੇ ਨਾਲ ਆਉ ਕਰਦੇ ਆ ਗੱਲਬਾਤ ਜਾਣਦੇ ਸਾਰੀ ਵੀਰ ਤੋਂ ਕਹਾਣੀ ਵੀਰ ਜੀ ਤੁਹਾਡਾ ਨਾਮ ਕੀ ਹੈ ਸਾਡਾ ਨਾਮ ਹਰਜੀਤ ਜੀ ਹਾਂਜੀ ਹਰਜੀਤ ਹਰਜੀਤ ਸਿੰਘ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਅਸੀਂ ਦੋ ਜੀ ਦੋ ਛੋਟੇ ਬੱਚੇ ਦੋ ਛੋਟੇ ਬੱਚੇ ਹਾਂਜੀ ਕੰਮ ਕੀ ਕਰਦੇ ਹੋ ਕੰਮ ਇੰਤਮੰਦਰੀ ਤੇ ਇਹੋ ਇੱਕੋ ਕਮਰਾ ਸੀ ਤੁਹਾਡੇ ਕੋਲ ਇੱਕੋ ਕਮਰਾ ਤੇ ਕੀ ਗੱਲ ਬਣੀ ਸਰਕਾਰ ਵੱਲੋਂ ਤੇ ਦਾਅਵੇ ਕੀਤੇ ਜਾਂਦੇ ਵੀ ਹਰ ਇੱਕ ਨੂੰ ਪੱਕਾ ਮਕਾਨ ਦੇਵਾਂਗੇ ਤੁਸੀਂ ਉਹ ਫਾਰਮ ਨਹੀਂ ਸੀ ਭਰਿਆ ਫਾਰਮ ਜੀ ਭਰਿਆ ਹੂੰ ਤੇ ਉਹ ਖਿੱਚ ਕੇ ਇੱਥੋਂ ਫੋਟੋ ਲੈ ਜਾਂਦੇ ਆ ਹੂੰ ਇਹੋ ਫੋਟੋ ਜਾ ਕੇ ਹੋਰ ਕਿਸੇ ਤੋਂ ਲੈ ਕੇ ਕਮਿਸ਼ਨ 15000 ਰੁਪਇਆ ਹੂੰ ਉਹਨਾਂ ਦਾ ਪੱਕਾ ਪਾ ਦਿੰਦੇ ਜਿਨ੍ਹਾਂ ਦੇ ਪੱਕੇ ਆ ਕੇ ਨਹੀਂ 15 ਜਾਣ ਕੋਣ ਲਿੰਦਾ ਇੱਥੋਂ ਦੇ ਜੋ ਵੀ ਮੈਂਬਰ ਪੰਚਾਇਤ ਬਣ ਜਾਂਦਾ ਸਰਪੰਚ ਕੋਈ ਜਤਰਾਉਣਾ ਆਮ ਪਾਰਟੀ ਵਾਲੇ ਕੋਈ ਉਹ ਵੀ ਇਦਾਂ ਹੀ ਕਰਨ ਦਾ ਉਹ 15000 ਰੁਪਇਆ ਲੈ ਲੈਂਦੇ ਫੇਰ ਕਮਰਾ ਪਾਉਂਕ ਦਿੰਦੇ ਫੇਰ ਕਮਰਾ ਪਾਉਂਦੇ ਹੂੰ ਤੇ ਤੁਸੀਂ ਇਹਦੀ ਸ਼ਿਕਾਇਤ ਨਹੀਂ ਕੀਤੀ ਕਿਸੇ ਸਰਕਾਰੀ ਦਰਬਾਰੇ ਕਿਸੇ ਕੋਲ ਜਾ ਕੇ ਨਹੀਂ ਜੇ ਨਹੀਂ ਜਾਣਦੇ ਨੀ ਨਾ ਜੇ ਜਾਣਦੇ ਹੀ ਹੈ ਤੇ ਕਰੀ ਦੀ ਹੂੰ ਕਿੰਨੀ ਵਾਰੀ ਤੁਸੀਂ ਫਾਰਮ ਭਰਿਆ ਸੀ ਅਸੀਂ ਪਰਮ 6-7 ਵਾਰ ਆਪਾਂ ਰਹਿ ਜੀ ਇੱਕ ਰੇਤ ਸਰਕਾਰੀ ਸਕੂਲੇ ਬੈਠੇ ਇੱਥੇ ਭਰਿਆ ਹੈ ਹੂੰ ਤੇ ਕੋਈ ਨਹੀਂ ਇੱਥੇ ਕੋਠਾ ਨਹੀਂ ਆ ਸਕਦਾ ਕੰਮ ਕੀ ਕਰਦੇ ਹੋ ਮਿਹਨਤ ਮਜ਼ਦੂਰੀ ਚਾਰ ਜੀ ਰਹਿੰਦੇ ਹੋ ਹਾਂਜੀ ਇਹ ਫਿਰ ਛੋਟੀ ਜੀ ਝੁੱਗੀ ਦੇ ਵਿੱਚ ਕਿੱਦਾਂ ਚਾਰ ਜੀ ਜਾਂਦਾ ਗੁਜ਼ਾਰਾ ਤੁਹਾਡਾ ਚਾਰ ਮਾਰੀ ਦਿਆਂ ਜੀ ਕਿੰਨੇ ਸਮੇਂ ਤੋਂ ਇਤਰਾ ਰਹਿ ਰਹੇ ਹੋ ਇੱਥੇ ਸਾਨੂੰ ਤਾਂ 20 ਸਾਲ ਹੀ ਹੋ ਗਏ ਜੀ ਦਪੈ ਨਹੀਂ ਦਿਹਾੜੀ ਦਾ ਪਾਉ ਥੋੜਾ ਬਾਧਾ ਕਰਕੇ ਮਿਹਨਤ ਮਜ਼ਦੂਰੀ ਚਾਹ ਪਾਣੀ ਦੇ ਸਾਰੇ ਕੰਮ ਰੋਜ਼ ਮਿਲ ਜਾਂਦਾ ਨਹੀਂ ਇਹ ਕੰਮ ਨਹੀਂ ਮਿਲਦਾ ਕੰਮ ਕਈ ਤੇ ਜੇ ਦਿਨ ਮਿਲਿਆ ਜਾਂ ਮਹੀਨੇ ਬਾਅਦ ਮਿਲਿਆ 15 ਦਿਨ ਮਿਲ ਗਿਆ ਜਾਂ ਜਿਤਰਾ ਹੁਣ ਚੋਣਾ ਲਾਇਆ ਇੰਦੇ ਜੋ ਗੁਜ਼ਾਰਾ ਕਰ ਲੀਦਾ ਹੂੰ ਹੋਰ ਭੈਣ ਜੀ ਦੇ ਨਾਲ ਵੀ ਗੱਲ ਕਰਦੇ ਪੈਣ ਜੀ ਤੁਹਾਡਾ ਕੀ ਨਾਮ ਹੈ ਅਰਜਿੰਦਰ ਕੋਰ ਕਿੰਨੇ ਸਮੇਂ ਤੋਂ ਇਤਰਾ ਰਹੇ ਹੋ ਹਨ 2-15 ਸਾਲ ਹੋ ਗਏ 15 ਸਾਲ ਹੋ ਗਏ ਹਾਂਜੀ ਤੇ ਤੁਸੀਂ ਕੀਤਾ ਇਸ ਕਿਸੇ ਫਾਰਮ ਨੂੰ ਭਰੇ ਸੀ ਕਿਸੇ ਸੁਪੰਚ ਹਾਂ ਫਾਰਮ ਤੇ ਇੰਨੀ ਚੌਥਾਈ ਭਰੇ ਆ ਤਿੰਨੀ ਚੌਥਾਈ ਭਰੇ ਹਾਂਜੀ ਫਿਰ ਕਿਸੇ ਨੇ ਸੁਰਵਾਈ ਨਹੀਂ ਕੀਤੀ ਹਾਂਜੀ ਕੋਈ ਨਹੀਂ ਸੁਰਵਾਈ ਕਰਦਾ ਕਿੱਦਾਂ ਫਿਰ ਹਾਲਾਤ ਇਦਾਂ ਕਰਦੇ ਮਾੜੇ ਨੇ ਕਿੱਤਰਾ ਗੁਜ਼ਾਰਾ ਹੁੰਦਾ ਇਸ ਤਰ੍ਹਾਂ ਗੁਜ਼ਾਰਾ ਹੁੰਦਾ ਕਿ ਮਾੜਾ ਚੰਗਾ ਮੀਂਹ ਕੜੀ ਉਹ ਵੀ ਟੈ ਗਿਆ ਤੇ ਹੁਣ ਕਿੱਥੇ ਜਾਵਾਂ ਹਾਂਜੀ ਹੁਣ ਫਿਰ ਤੁਹਾਨੂੰ ਪਤਾ ਹੀ ਆ ਤੁਹਾਨੂੰ ਲਾਣਾ ਪੈਣਾ ਤੁਹਾਨੂੰ ਲਾਣਾ ਪੈਣਾ ਹੂੰ ਹਾਂਜੀ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿਆਂ ਵੀਰ ਜੀ ਅੱਗੇ ਆ ਜਾਓ ਥੋੜਾ ਜਿਹਾ ਆਪਾਂ ਘਰ ਦੇ ਹਾਲਾਤ ਸਾਰੇ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਕਿ ਆਹ ਦੇਖੋ ਆ ਉਹ ਚੁੱਲ੍ਹਾ ਜਿੱਥੇ ਰੋਜ਼ ਰੋਟੀ ਪੱਕਦੀ ਆ ਚੁੱਲ੍ਹਾ ਵੀ ਦਿਖਾ ਦਵੇ ਕਰੀ ਚੁੱਲ੍ਹਾ ਦੇਖ ਲਓ ਇੱਟਾਂ ਦਾ ਚੁੱਲ੍ਹਾ ਬਣਾਇਆ ਇੱਥੇ ਰੋਟੀ ਪੱਕਦੀ ਆ ਇਹ ਅਲਮਾਰੀ ਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਘਰ ਦੀ ਕੱਲਾ ਜਿਹੜੀਆਂ ਬਿਲਕੁਲ ਕੱਚੀਆਂ ਨੇ ਤੇ ਸਾਰਾ ਸਮਾਨ ਤੁਸੀਂ ਖਿਲਰਿਆ ਦੇਖ ਸਕਦੇ ਹੋ ਇੱਕ ਵਾਰੀ ਉੱਪਰ ਘਰ ਦੀ ਛੱਤ ਵੀ ਦਿਖਾ ਦਿਓ ਕਿ ਕਾਨਿਆਂ ਦੇ ਨਾਲ ਇਹ ਬਣੀ ਹੋਈ ਝੁੱਗੀ ਆ ਜਿਹਦੇ ਵਿੱਚ ਇਹ ਪਰਿਵਾਰ ਗੁਜ਼ਾਰਾ ਕਰ ਰਿਹਾ ਸੀ ਪਰ ਸ਼ਾਇਦ ਰੱਬ ਨੂੰ ਇਹੀ ਬੰਜ਼ੂਰ ਸੀ ਤੇ ਰੱਬ ਨੇ ਕੀ ਕੀਤਾ ਕਿ ਜਿੱਥੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਬਰਬਾਦ ਹੋਈਆਂ ਨੇ ਉੱਥੇ ਇਸ ਗਰੀਬ ਪਰਿਵਾਰ ਦਾ ਆਸ਼ਿਆਨਾ ਹੀ ਢਾ ਦਿੱਤਾ। ਤੋਂ ਤੁਸੀਂ ਦੇਖ ਸਕਦੇ ਹੋ ਕਿ ਗਰੀਬ ਪਰਿਵਾਰ ਦਾ ਇਹੋ ਇੱਕ ਕਮਰਾ ਸੀਗਾ ਤੇ ਇਹ ਵੀ ਢਾਹ ਢੇਰੀ ਹੋ ਚੁੱਕਾ ਯਾਰ ਅਸੀਂ ਕਿੱਥੇ ਫਿਰਦੇ ਆ ਆ 20 ਸਾਲ ਤੋਂ ਲਗਾਤਾਰ ਇਹ ਪਰਿਵਾਰ ਜਿਹੜਾ ਵਾ ਇੱਥੇ ਰਹਿ ਰਿਹਾ ਬੱਚੇ ਅਜੇ ਛੋਟੇ ਨੇ ਤੇ ਪੰਚਾਇਤਾਂ ਜਿਹੜੀਆਂ ਵੀਰ ਦੱਸ ਰਿਹਾ ਇਲਜ਼ਾਮ ਬਹੁਤ ਵੱਡੇ ਨੇ। ਕਿ ਪੰਚਾਇਤ ਦੇ ਲੋਕ ਜਿਹੜਿਆ 15-15000 ਰੁਪਇਆ ਲੈ ਕੇ ਰਿਸ਼ਵਤ ਦੇ ਤੌਰ ਤੇ ਉਹਨਾਂ ਲੋਕਾਂ ਦੇ ਕਮਰੇ ਪਵਾ ਦਿੰਦੇ ਆ ਜਿਹੜੇ ਲੋਕ ਸਮਰੱਥ ਨੇ ਜਿਹੜੇ ਕਮਰੇ ਪਾ ਸਕਦੇ ਨੇ ਇਹ ਗਰੀਬ ਪਰਿਵਾਰ ਜਿਹੜਾ ਇਹ ਵੀਰ ਜਿਹੜਾ ਵਾ ਇਹ ਝੁੱਗੀ ਦੇ ਵਿੱਚ ਰਹਿੰਦਾ ਆਪਣਾ ਗੁਜ਼ਾਰਾ ਕਰਦਾ ਤੇ ਦਿਹਾੜੀ ਧੱਪਾ ਕਰਦਾ ਦਿਹਾੜੀ ਦੇ ਨਾਲ ਤੁਹਾਨੂੰ ਪਤਾ 250-300 ਰੁਪਇਆ ਦਿਹਾੜੀ ਦੇ ਨਾਲ ਕਮਰੇ ਨਹੀਂ ਪੈਂਦੇ ਸੋ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਾਂਗੇ ਇਹਨਾਂ ਤੱਕ ਕੌਣ ਪੌਂਚ ਕਰੂਗਾ ਯਾਰ ਸਾਰੇ ਲੋਕ ਠੀਕ ਹੈ ਕਿਸਾਨਾਂ ਦੀ ਵੀ ਵੀਡੀਓ ਬਣਦੀ ਵੀ ਹੈ ਕਿਉਂਕਿ ਉਹਨਾਂ ਦੇ ਵੀ ਝੋਨੇ ਬਰਬਾਦ ਹੋਏ ਨੇ ਪਰ ਇਹਨਾਂ ਤੱਕ ਕੋਈ ਨਹੀਂ ਪਹੁੰਚਦਾ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਉਹਨਾਂ ਗਰੀਬ ਪਰਵਾਰਾਂ ਦੇ ਨਾਲ ਰੂਬਰੂ ਕਰਾ ਸਕੀਏ ਜਿਹੜੇ ਜਿੰਨਾ ਤੱਕ ਕੋਈ ਪਹੁੰਚ ਕਰਦਾ ਹੀ ਨਹੀਂ ਨਾ ਇਹਨਾਂ ਦੀ ਵੀਡੀਓ ਕੌਣ ਬਣਾਊਗਾ ਤੇ ਇਹਨਾਂ ਦੀ ਆਵਾਜ਼ ਕੌਣ ਉਠਾਊਗਾ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਹਕੀਕਤ ਦਿਖਾਈ ਜਾਵੇ ਸੋ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੀਗਾ ਕਿ ਇਹਨਾਂ ਗਰੀਬਾਂ ਵੱਲੋਂ ਵੀ ਸਰਕਾਰ ਧਿਆਨ ਦੇਵੇ ਤੇ ਇਹਨਾਂ ਨੂੰ ਵੀ ਇੱਕ ਸੋਨਾ ਕਮਰਾ ਬਣਾ ਕੇ ਜਿਹੜਾ ਉਹ ਦਿੱਤਾ ਜਾਵੇ ਚਾਰ ਜੀ ਇਸ ਛੋਟੀ ਜਿਹੀ ਝੁੱਗੀ ਦੇ ਵਿੱਚ ਰਹਿੰਦੇ ਸੀ ਉਹ ਵੀ ਢਾਈ ਢੇਰੀ ਹੋ ਚੁੱਕੀ ਹੈ ਮੌਸਮ ਫੇਰ ਬਣਿਆ ਹੋਇਆ ਹੈ ਪਤਾ ਨਹੀਂ ਇਸ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਦਾਨੀ ਵੀਰਾਂ ਨੂੰ ਬੇਨਤੀ ਕਰਾਂਗੇ ਇੱਕ ਮੈਨ ਥੋੜਾ ਜਿਹਾ ਵੀਰ ਜੀ ਆਪਣਾ ਨੰਬਰ ਦੱਸ ਦਿਓ ਮੋਬਾਈਲ ਨੰਬਰ ਹੈਗਾ ਤੁਹਾਡੇ ਕੋਲ ਹਾਂਜੀ ਮੋਬਾਈਲ ਨੰਬਰ ਬੋਲ ਦਿਓ ਜੇ ਕਿਸੇ ਤੁਹਾਡੀ ਮਦਦ ਕਰਨੀ ਹੋਵੇਗਾ 95922 68171 ਫੇਰ ਦੁਬਾਰਾ ਬੋਲੋ 95922 68171 ਤੁਸੀਂ ਦੇਖ ਸਕਦੇ ਹੋ ਕਿ ਇਹ ਵੀਰ ਦਾ ਕੰਟੈਕਟ ਨੰਬਰ ਹੈ ਕਿਸੇ ਵੀ ਸਮੇਂ ਤੁਸੀਂ ਦਾਨੀ ਵੀਰ ਬੈਠੇ ਹੋ ਸਾਡੇ ਐਨ ਆਰ ਆਈ ਭਰਾ ਬੈਠੇ ਨੇ ਬਹੁਤ ਬਹੁਤ ਵੱਡੇ ਵੱਡੇ ਤੁਸੀਂ ਕਾਰਜ ਕੀਤੇ ਨੇ ਯਾਰ ਉਹਨਾਂ ਲੋਕਾਂ ਨੂੰ ਤੁਸੀਂ ਜ਼ਮੀਨ ਤੋਂ ਚੁੱਕ ਕੇ ਅਸਮਾਨ ਤੇ ਬਿਠਾ ਦਿੱਤਾ ਜਿਹੜੇ ਲੋਕ ਮਿਹਨਤ ਕਰਦੇ ਇਹ ਵੀ ਮਿਹਨਤੀ ਬੰਦਾ ਹੈ ਜ਼ਰੂਰ ਇਸ ਦੀ ਮਦਦ ਕਰੋ ਤਾਂ ਜੋ ਇਹ ਵੀ ਵੀਰ ਆਪਣਾ ਸੋਹਣਾ ਘਰ ਬਣਾ ਸਕੇ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਹੈ ਕਿ ਮੇਰੇ ਰਹਿਣ ਯੋਗ ਚੰਗਾ ਘਰ ਹੋਵੇ ਦੇਖਦੇ ਰਹੋ ਅਖੰਡ ਬਾਣੀ ਧੰਨਵਾਦ